ਸਖਸ਼ ਨੂੰ ਆਪਣੇ ਦੋਸਤ ਤੋਂ ਟਰਾਲਾ ਮੰਗਣਾ ਭਾਰੀ ਪੈ ਗਿਆ ਜਦੋਂ ਰਾਹ ਵਿਚਕਾਰ ਹੀ ਭਿਆਨਕ ਹਾਦਸਾ ਵਾਪਰ ਗਿਆ ਅਤੇ ਟਰਾਲਾ ਸੜਕ ਵਿਚਕਾਰ ਹੀ ਪਲਟ ਗਿਆ ਤੇ ਵੱਡਾ ਨੁਕਸਾਨ ਹੋ ਗਿਆ। ਦਰਅਸਲ ਘੋੜਾ ਟਰਾਲਾ ਦੇ ਅੱਗੇ ਅਵਾਰਾ ਪਸ਼ੂ ਆ ਗਿਆ ਸੀ ਜਿਸ ਨੂੰ ਬਚਾਉਂਦੇ ਹੋਏ ਟਰਾਲਾ ਚਾਲਕ ਆਪਣਾ ਹੀ ਨੁਕਸਾਨ ਕਰ ਬੈਠਿਆ ਅਤੇ ਅਸੰਤੁਲਿਤ ਹੋ ਕੇ ਟਰਾਲਾ ਸੜਕ ਵਿਚਕਾਰ ਹੀ ਪਲਟ ਗਿਆ। ਇਹ ਹਾਦਸਾ ਅਬੋਹਰ ਦੇ ਹਨੂਮਾਨਗੜ੍ਹ ਅਤੇ ਆਲਮਗੜ੍ਹ ਦੇ ਬਾਈਪਾਸ ਦੇ ਕੋਲ ਵਾਪਰਿਆ ਜਦੋਂ ਅਵਾਰਾ ਪਸ਼ੂ ਨੂੰ ਬਚਾਉਂਦੇ ਹੋਏ ਘੋੜਾ ਟਰਾਲਾ ਸੜਕ ਤੇ ਪਲਟ ਗਿਆ। ਇਸ ਹਾਦਸੇ ਦੇ ਦੌਰਾਨ ਟਰਾਲਾ ਕਾਫੀ ਜ਼ਿਆਦਾ ਨੁਕਸਾਨਿਆ ਗਿਆ। ਟਰਾਲੇ ਦੇ ਟਾਇਰ ਵੀ ਖੁੱਲ੍ਹ ਕੇ ਬਾਹਰ ਨਿਕਲ ਗਏ ਅਤੇ ਸੜਕ ਕਿਨਾਰੇ ਲੱਗੇ ਸੋਲਰ ਪਲੇਟਾਂ ਤੇ ਡਿਵਾਈਡਰ ਦਾ ਵੀ ਬੁਰੀ ਤਰ੍ਹਾਂ ਨੁਕਸਾਨ ਹੋ ਗਿਆ। ਜਾਣਕਾਰੀ ਮੁਤਾਬਕ ਪੀੜਤ ਆਪਣੇ ਦੋਸਤ ਦਾ ਟਰਾਲਾ ਮੰਗ ਕੇ ਲਿਆਇਆ ਸੀ ਜਿਸ ਦਾ ਕਰੀਬ 3 ਲੱਖ ਰੁਪਏ ਦਾ ਨੁਕਸਾਨ ਹੋਇਆ। ਜਾਣਕਾਰੀ ਦਿੰਦੇ ਹੋਏ ਰਾਮਪੁਰਾ ਫੂਲ ਦੇ ਨਿਵਾਸੀ ਟਰਾਲਾ ਚਾਲਕ ਹਰਿੰਦਰ ਸਿੰਘ ਅਤੇ ਸਾਥੀ ਗੁਰਸੇਵਕ ਸਿੰਘ ਨੇ ਦੱਸਿਆ ਕਿ ਉਹ ਟਰਾਲਾ ਮੰਗ ਕੇ ਪਸ਼ੂ ਆਹਾਰ ਭਰ ਕੇ ਸ੍ਰੀ ਗੰਗਾਨਗਰ ਜਾ ਰਹੇ ਸੀ ਅਤੇ ਜਦੋਂ ਉਹ ਹਨੂਮਾਨਗੜ੍ਹ ਆਲਮਗੜ੍ਹ ਬਾਈਪਾਸ ਦੇ ਰਸਤੇ ਪਹੁੰਚੇ ਤਾਂ ਸੜਕ ਵਿਚਕਾਰ ਇੱਕ ਅਵਾਰਾ ਪਸ਼ੂ ਆ ਕੇ ਖੜਾ ਹੋ ਗਿਆ ਅਤੇ ਉਸ ਪਸ਼ੂ ਨੂੰ ਬਚਾਉਣ ਲਈ ਗੱਡੀ ਸਾਈਡ ਕੀਤੀ ਪਰ ਅਵਾਰਾ ਪਸ਼ੂ ਭੱਜ ਕੇ ਉਹਨਾਂ ਦੇ ਟਰਾਲੇ ਦੇ ਅੱਗੇ ਆ ਗਿਆ ਜਿਸ ਨੂੰ ਬਚਾਉਣ ਦੇ ਚੱਕਰ ਦੇ ਵਿੱਚ ਗੱਡੀ ਦਾ ਸੰਤੁਲਨ ਵਿਗੜ ਗਿਆ। ਟਰਾਲੇ ਦਾ ਟਾਇਰ ਫਟਣ ਦੇ ਕਾਰਨ ਗੱਡੀ ਪਲਟ ਗਈ ਜਿਸ ਕਾਰਨ ਟਰਾਲੇ ਦਾ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ। ਗੱਡੀ 'ਚ ਸਵਾਰ ਹਰਿੰਦਰ ਸਿੰਘ ਅਤੇ ਗੁਰਸੇਵਕ ਸਿੰਘ ਨੂੰ ਇਸ ਹਾਦਸੇ ਦੇ ਦੌਰਾਨ ਸੱਟਾਂ ਵੀ ਲੱਗੀਆਂ ਅਤੇ ਗੱਡੀ ਦਾ ਤਕਰੀਬਨ 3 ਲੱਖ ਦੇ ਕਰੀਬ ਦਾ ਨੁਕਸਾਨ ਹੋਇਆ। ਪੀੜਤਾਂ ਨੇ ਕਿਹਾ ਕਿ ਜਦੋਂ ਇਹ ਭਾਣਾ ਵਾਪਰਿਆ ਤਾਂ ਕੋਈ ਵੀ ਉਹਨਾਂ ਦੀ ਮਦਦ ਲਈ ਅੱਗੇ ਨਹੀਂ ਆਇਆ ਪਰ ਇੱਕ ਗੱਡੀ ਵਾਲੇ ਨੇ ਉਹਨਾਂ ਦੀ ਮਦਦ ਜ਼ਰੂਰ ਕੀਤੀ। ਇਹ ਜੀ ਸਵੇਰੇ 6 ਵਜੇ ਦਾ ਟਾਈਮ ਸੀਗਾ ਜੀ, ਉਧਰੋਂ ਆਉਂਦੇ ਸੀਗੇ। ਇੱਥੇ 2-3 ਪਸ਼ੂ ਆਵਾਰਾ ਜਿਹੜੇ ਫਿਰਦੇ ਹੁੰਦੇ ਹੈਗੇ, ਉਹ ਪਹਿਲਾਂ ਉਸ ਸਾਈਡ ਤੇ ਖੜੇ ਸੀਗੇ, ਉਹਨਾਂ ਨੂੰ ਬਚਾਉਣ ਦੇ ਚੱਕਰ ਚ ਇੱਧਰ ਜਦੋਂ ਗੱਡੀ ਸਾਈਡ ਤੇ ਕੀਤੀ, ਗੱਡੀ ਸਾਈਡ ਤੇ ਕਰਨ ਦੇ ਕਾਰਨ ਉਹ ਭੱਜ ਕੇ ਮੂਹਰੇ ਹੋ ਗਈ। ਮੂਹਰੇ ਹੋਣ ਦੇ ਕਾਰਨ ਗੱਡੀ ਡਿਵਾਈਡਰ ਦੇ ਨਾਲ ਟਾਇਰ ਲੱਗ ਗਿਆ ਤੇ ਉਸ ਤੋਂ ਬਾਅਦ ਟਾਇਰ ਫਟ ਗਿਆ, ਗੱਡੀ ਕੰਟਰੋਲ ਤੋਂ ਬਾਹਰ ਹੋ ਗਈ। ਜਾਨ ਵਿੱਚੋਂ ਬਸ ਆਪ ਹੀ ਨਿਕਲ ਕੇ ਆਏ ਆ ਜੀ, ਕਿਸੇ ਨੇ ਕੋਈ ਹੈ ਨਹੀਂ ਸੀਗਾ ਕੋਈ ਇੱਥੇ ਕੱਢਣ ਵਾਲਾ, ਕੋਈ ਨਹੀਂ ਆਇਆ। ਆਪ ਆਪਣੇ ਆਪ ਹੀ ਵਿੱਚੋਂ ਨਿਕਲੇ ਹੈਗੇ, ਸਟੇਅਰਿੰਗ ਦੇ ਵਿੱਚ ਫਸ ਗਏ ਸੀਗੇ ਤੇ ਉਸ ਤੋਂ ਬਾਅਦ ਆਪ ਹੀ ਬਸ ਸੱਠ ਫੇਟ ਨਹੀਂ ਪੱਜੀ, 60 ਫੇਟ ਤੋਂ ਬਾਅਦ ਜਾਨ ਜੀ ਹੈਗਾ ਗਾ 2-2.5 ਲੱਖ ਰੁਪਏ ਦਾ, ਜ਼ਿਆਦਾ ਹੋ ਸਕਦਾ ਗਾ ਜੀ, 1.5-2 ਲੱਖ ਰੁਪਏ ਦਾ ਅੰਦਾਜ਼ਾ ਲਾਇਆ। ਉਹਨਾਂ ਨੂੰ ਬਚਾਉਂਦੇ ਜੀ ਗੱਡੀ ਰਿਵਲਟਰ ਨਾਲ ਲੱਗ ਗਈ, ਰਿਵਲਟਰ ਨਾਲ ਲੱਗਣ ਦੇ ਕਾਰਨ ਟਾਇਰ ਪਟ ਗਿਆ ਨਾਲ ਦੀ ਨਾਲ ਹੀ। ਉਸ ਤੋਂ ਬਾਅਦ ਉਹ ਤੋਂ ਗੱਡੀ ਬੇਕਾਬੂ ਹੋ ਗਈ। ਉਹ ਪਰਮਾਤਮਾ ਬਚਾਉਣ ਵਾਲਾ ਜੀ, ਕਿਸੇ ਨੇ ਨਹੀਂ ਮਦਦ ਕੀਤੀ ਜੀ। ਤੇ ਇੱਕ ਮਗਰ ਸਾਡੇ ਗੱਡੀ ਆਉਂਦੀ ਸੀਗੀ ਬਾਬਿਆਂ ਦੀ ਗੁਰਦੁਆਰਾ ਸਾਹਿਬ ਦੀ, ਉਹਨਾਂ ਬੰਦਿਆਂ ਨੇ ਸਾਡੀ ਮਦਦ ਕੀਤੀ ਆ। ਆਪ ਪਰਨਾ ਵੀ ਉਹ ਸਾਰਾ ਕੁਛ ਉਹ ਦੇ ਗਏ ਆ ਜੀ, ਸਾਡੇ ਕੱਪੜੇ ਵਿੱਚੋਂ ਨਿਕਲੇ ਨਹੀਂ, ਕੱਪੜੇ ਤਾਂ ਫਿਰ ਅਸੀਂ ਆਪ ਹੀ ਨਿਕਲੇ ਵਿੱਚੋਂ ਜੀ। ਗੰਗਾਨਗਰ ਜਾ ਰਹੇ ਸੀ, ਰਾਮਪੁਰਾ ਫੂਲ ਤੋਂ ਜਾ ਰਹੇ ਸੀ ਜੀ, ਤੜਕੇ 4 ਵਜੇ ਤਾਂ ਚੱਲੇ ਹਾਂ ਜੀ। ਹਾਂਜੀ, ਗਿੱਦੜ ਬਾਇਆ ਟੱਪ ਇਹ 6:20 ਦੀ ਕੰਮ ਗੱਲ ਹੋ ਗਈ। ਨੁਕਸਾਨ ਤਾਂ ਜੀ 2-2.5 ਲੱਖ ਰੁਪਏ ਦਾ ਦੱਸ ਰਹੇ, ਖਤਮ ਹੋ ਗਈ ਜੀ। ਇਹਦਾ ਜੀ ਗੱਡੀ ਇੱਕ ਰਸਤੇ 'ਚੋਂ ਲਈ ਆਈ ਕਿਰਾਏ 'ਤੇ, ਵੀ ਮਾਲ ਤਾਂ ਪਹੁੰਚਾਉਣਾ ਪਊਗਾ ਜੀ। ਇਹ ਕਰਾੜਾ ਤੋਂ ਜੀ ਗੱਡੀ, ਗਰੀਬ ਅਮਨ ਜੀ ਗੱਡੀ ਆ, ਡਰਾਈਵਰ ਅਮਨ ਦਾ।